ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ। ਆ ਟਰੈਕਟਰ ਤੇ ਪ੍ਰੈਸ਼ਰ ਹੋਰਨ ਲਾਉਣ ਵਾਸਤੇ ਵੀ ਕਿਦਾਂ ਤੁਹਾਨੂੰ ਮਤਲਬ ਜਾਣਕਾਰੀ ਦਵਾਂਗੇ ਅਸੀਂ ਅੱਗੇ। ਤੇ ਉਹ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਇੱਕ ਵਾਰੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਅੱਗੇ ਸਾਡੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਤੇ ਅੱਜ ਤੁਹਾਨੂੰ ਦੱਸਦੇ ਆ ਜੀ ਅੱਗੇ ਵੀ ਕਿਦਾਂ ਕਿਦਾਂ ਕੀ ਸਮਾਨ ਇਹ ਚ ਲੱਗਦਾ। ਜਿਹੜੇ ਸਮਾਨ ਦੀ ਆਪਾਂ ਨੂੰ ਅੱਗੇ ਲੋਡ ਪਊਗੀ ਜੀ ਪ੍ਰੈਸ਼ਰ ਹੋਰਨ ਵਾਸਤੇ ਉਹ ਤੁਹਾਨੂੰ ਦੱਸਣ ਲੱਗੇ ਜੀ। ਸਭ ਤੋਂ ਪਹਿਲਾਂ ਇਹ ਟੈਂਕ ਆ ਜੀ, ਪ੍ਰੈਸ਼ਰ ਟੈਂਕ ਜਿਹੜੇ ਹਵਾ ਸਟੋਰ ਹੁੰਦੀ ਆ ਜੀ ਆਪਣੀ, ਅਤੇ ਇਹ ਆਪਣਾ ਕੰਪਰੈਸਰ ਆ ਜਿਹੜਾ ਹਵਾ ਬਣਾਉਂਦਾ ਜੀ। ਇਹ ਪਾਈਪ ਆ ਜੀ ਜਿਹੜਾ ਇਹਨੂੰ ਪ੍ਰੈਸ਼ਰ ਅੰਦਰ ਭੇਜਦਾ ਜੀ ਟੈਂਕ ਦੇ, ਮਤਲਬ ਇਹ 'ਚ ਹਵਾ ਸਟੋਰ ਹੁੰਦੀ ਆ ਆਪਣੀ। ਅਤੇ ਇਹ ਜਿਹੜਾ ਪਾਈਪ ਆ ਜੀ ਇਹ ਆਪਣਾ ਹਵਾ ਲੈਣ ਵਾਸਤੇ ਆ ਜੀ, ਮਤਲਬ ਇਹ ਕੰਪਰੈਸ਼ਰ ਹਵਾ ਖਿੱਚਦਾ ਅਤੇ ਉਹ ਤੋਂ ਬਾਅਦ ਬਾਹਰ ਅੱਗੇ ਭੇਜਦਾ ਇਹ ਪਾਈਪ ਰਾਹੀਂ। ਅਤੇ ਇਹ ਜਿਹੜਾ ਆਪਣਾ ਜੀ ਇਹ ਛਿੱਕ ਆ ਜੀ, ਇਹਨੂੰ ਛਿੱਕ ਬੋਲਦੇ ਆ। ਅਤੇ ਇਹ ਛਿੱਕ ਦਾ ਕੰਮ ਇਹ ਆ ਜੀ, ਆਪਾਂ ਜਿੱਦਾਂ ਇਹ 'ਚ ਹਵਾ ਕੰਟਰੋਲ ਕਰਨੀ ਆ, ਮੰਨ ਲਓ ਆਪਾਂ ਪੌਂਡ ਦੇ ਹਿਸਾਬ ਨਾਲ ਹਵਾ ਕੰਟਰੋਲ ਕਰਨੀ ਆ ਵੀ ਆਪਾਂ 100 ਪੌਂਡ 'ਤੇ ਰੱਖਣਾ, 120 ਪੌਂਡ 'ਤੇ ਰੱਖਣਾ, ਉਸ ਹਿਸਾਬ ਨਾਲ ਇਹ ਛਿੱਕ ਦਾ ਇੱਥੋਂ ਕੰਟਰੋਲ ਹੋ ਜਾਂਦਾ। ਜਿਹੜੇ ਮਕੈਨਿਕ ਆ ਉਹ ਆਪ ਕਰ ਦਿੰਦੇ, ਜਿਹੜੇ ਬੰਦੇ ਜਾਣਕਾਰ ਆ ਉਹ ਬੰਦੇ ਵੀ ਕਰ ਦਿੰਦੇ ਹੋਣੇ ਆ। ਅਤੇ ਇੱਥੋਂ ਛਿੱਕ ਤੋਂ ਕੰਟਰੋਲ ਕਰਕੇ ਮੰਨ ਲਓ ਆਪਾਂ 100 ਪੌਂਡ 'ਤੇ ਹਵਾ ਕਰ ਲਈ, 100 ਪੌਂਡ ਤੋਂ ਬਾਅਦ ਜੇ ਇਹਨੇ ਆਪੇ ਛਿੱਕ ਮਾਰ ਦਿਆ ਕਰਨੀ ਆ, ਅਤੇ ਘੱਟ ਕੇ ਹਵਾ 100 ਪੌਂਡ ਤੋਂ ਫਿਰ ਵੱਧ ਜਾ ਕਰਨੀ ਆ, ਫਿਰ 100 ਪੌਂਡ 'ਤੇ ਜਾ ਕੇ ਛਿੱਕ ਮਾਰ ਦਿਆ ਕਰਨੀ ਆ। ਇਹਦਾ ਕੰਮ ਇਹ ਆ ਵੀ ਇਹ 'ਤੇ ਆਪਣਾ ਕੋਈ ਇਹਨੂੰ ਅਸਰ ਨਹੀਂ ਹੁੰਦਾ ਟੈਂਕ 'ਤੇ। ਵੀ ਆਪਾਂ ਮੰਨ ਲਓ ਜਿਹੜਾ ਕਈ ਡਰ ਰਹਿੰਦਾ ਵੀ ਆਪਾਂ ਟੈਂਕ ਨਾ ਫੜ ਜੇ ਆਪਣਾ, ਅਤੇ ਉਹਦੇ ਵਾਸਤੇ ਮਤਲਬ ਇਹ ਛਿੱਕ ਦਾ ਕੰਮ ਜ਼ਰੂਰੀ ਹੈ ਜੀ। ਅਤੇ ਉਹ ਤੋਂ ਬਾਅਦ ਜੀ ਜਿਹੜੀ ਆ ਆਪਣੀ ਪਾਈਪ ਆ ਜੀ, ਇਹਦਾ ਆਪਾਂ ਇਹ ਜੁਆਇੰਟ ਕੀਤਾ ਹੋਇਆ ਸਿੱਧਾ ਏਅਰ ਕਲੀਨਰ ਦੇ ਨਾਲ। ਮਤਲਬ ਇਹਦਾ ਫਾਇਦਾ ਇਹ ਹੈ ਜੀ, ਜਿਹੜਾ ਆਪਾਂ ਮਕੈਨਿਕ ਤੋਂ ਫਿੱਟ ਕਰਾਇਆ ਉਹਨੇ ਆਪਾਂ ਨੂੰ ਜਾਣਕਾਰੀ ਬਹੁਤ ਵਧੀਆ ਦਿੱਤੀ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਕਿ ਜੇ ਆਪਾਂ ਇਹਨੂੰ ਖੁੱਲ੍ਹਾ ਛੱਡ ਦਈਏ, ਤਾਂ ਕਈ ਬੰਦਿਆਂ ਦਾ ਆਪਾਂ ਦੇਖਿਆ ਜੀ ਵੀ ਖੁੱਲ੍ਹਾ ਛੱਡਿਆ ਹੁੰਦਾ, ਅਤੇ ਇਹਦਾ ਨੁਕਸਾਨ ਇੱਦਾਂ ਵੀ ਜੇ ਆਪਾਂ ਇਹਦਾ ਸਾਲ ਚੱਲਣਾ ਕੰਪਰੈਸਰ ਤਾਂ ਇਹ 6 ਮਹੀਨੇ ਚੱਲੂਗਾ, ਕਿਉਂਕਿ ਬਾਹਰੀ ਗੰਦੀ ਹਵਾ ਖਿੱਚ ਲੈਂਦਾ ਨਾ, ਤਾਂ ਕਰਕੇ ਇਹਦੇ ਅੰਦਰ ਜਿਹੜੇ ਬੁਸ਼ ਬਸ਼ ਹੁੰਦੇ ਆ ਉਹ ਘੱਸ ਜਾਂਦੇ ਜਾਂ ਖਰਾਬ ਹੋ ਜਾਂਦੇ ਆ, ਅਤੇ ਇਹਦੇ ਕਰਕੇ ਇਹਨੂੰ ਫਿਰ ਦੁਬਾਰਾ ਸਫਾਈ ਕਰਾਉਣੀ ਪੈਂਦੀ। ਇਸ ਕਰਕੇ ਆਪਾਂ ਸਿੱਧੀ ਕਲੀਨ ਹਵਾ ਵਾਸਤੇ ਇਹਨੂੰ ਏਅਰ ਕਲੀਨਰ ਨਾਲ ਫਿੱਟ ਕਰਤਾ, ਅਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਜੀ ਵੀ ਕਿੱਦਾਂ ਆਪਾਂ ਫਿੱਟ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਜੀ ਕਿ ਕਿੱਦਾਂ ਆਪਾਂ ਇਹਦੇ ਏਅਰ ਕਲੀਨਰ ਦੇ ਨਾਲ ਹੀ ਇਹਨੂੰ ਜੁਆਇੰਟ ਕੀਤਾ ਹੋਇਆ। ਆ ਇੱਥੇ ਦੇਖੋ ਜੀ, ਇੱਥੇ ਆਪਾਂ ਇਹ ਪਾਈਪ ਦੇ ਵਿੱਚ ਸਰਾਖ ਮਾਰ ਕੇ ਨਾ ਇੱਥੇ ਇੱਕ ਨਿੱਪਲ ਬਣਾਇਆ ਹੋਇਆ ਜੀ, ਇਹਦੇ ਨਾਲ ਹੀ ਆਪਾਂ ਇਹ ਪਾਈਪ ਫਿੱਟ ਕਰਤੀ। ਮਤਲਬ ਜਿਹੜੀ ਹਵਾ ਆਪਾਂ ਟਰੈਕਟਰ ਨੂੰ ਭੇਜਣੀ ਆ ਕਲੀਨ ਕਰਕੇ, ਉਹੀ ਹਵਾ ਆਪਣੇ ਕੰਪਰੈਸ਼ਰ ਨੂੰ ਜਾਣੀ ਹੈ ਜੀ। ਇਹ ਪਾਈਪ ਸਿੱਧਾ ਆਪਾਂ ਅੱਗੇ ਕੰਪਰੈਸ਼ਰ ਨਾਲ ਫਿੱਟ ਹੋਇਆ ਆਪਣਾ। ਅਤੇ ਆਪਾਂ ਜਿਹੜੀ ਆ ਪ੍ਰੈਸ਼ਰ ਹੋਰਨ ਦੀ ਫੀਡਿੰਗ ਕੀਤੀ ਆ, ਇਹ ਆਪਾਂ ਬੰਪਰ ਦੇ ਨਟਾਂ ਨਾਲ ਕੀਤੀ ਹੋਈ ਆ ਜੀ। ਜਿਹੜੇ ਬੰਪਰ ਦੇ ਇੱਥੇ ਹੁੰਦੇ ਤੁਸੀਂ ਦੇਖ ਸਕਦੇ ਹੋ, ਇੱਥੇ ਮਤਲਬ 4 ਨਟ ਹੁੰਦੇ ਆ ਆਪਣੇ, ਆਪਾਂ ਥਰਲੇ ਵਾਲੇ 2 ਨਟਾਂ ਤੋਂ ਇੱਕ ਪੱਤੀ ਇੱਧਰਲੇ ਪਾਸੇ ਅਤੇ ਪੱਤੀ ਉੱਧਰਲੇ ਪਾਸੇ ਬਣਾ ਕੇ, ਅਤੇ ਉਹਦੇ ਉੱਤੇ ਆਪਾਂ ਇਹ ਹੋਰਨ ਫਿੱਟ ਕੀਤੇ ਹੋਏ ਆ। ਅਤੇ ਇੱਧਰੋਂ ਆਪਾਂ ਜਿਹੜੀ ਆ ਪਾਈਪ ਆ ਜੀ ਇਹ ਹੋਰਨ ਵਾਲੀ, ਜਿਹੜੀ ਆਪਾਂ ਹੋਰਨਾਂ ਨੂੰ ਹਵਾ ਭੇਜਦੀ ਆ ਜੀ, ਇਹਦੇ ਵਾਸਤੇ ਤੁਹਾਨੂੰ ਦੱਸਦੇ ਹਾਂ ਵੀ ਇਹ ਆਪਾਂ ਬਿਲਕੁਲ ਅੰਡਰਗਰਾਊਂਡ ਕੀਤੀ ਹੋਈ ਆ, ਮਤਲਬ ਬਾਹਰ ਨਹੀਂ ਇਹਦਾ ਖਲਾਰਾ ਜਿਹਾ ਪੈਂਦਾ। ਅੱਗੇ ਤੁਹਾਨੂੰ ਦੱਸਦੇ ਹਾਂ ਕਿੱਥੋਂ ਮਤਲਬ ਆਪਾਂ ਕੀਤੀ ਹੋਈ ਆ ਜੀ ਇਹ ਫਿਟਿੰਗ ਇਹਦੀ। ਆਹ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਕੱਢ ਕੇ ਪਾਈਪ ਬਿਲਕੁਲ ਅੰਡਰਗਰਾਊਂਡ, ਮਤਲਬ ਨਾ ਤਾਂ ਆਪਾਂ ਕਿਤੇ ਅੰਜਣ ਦੇ ਨੇੜੇ ਹੈਗੀ ਆਪਣੇ ਇਹ, ਅਤੇ ਨਾ ਆਪਾਂ ਸਰੈਂਸਰ ਦੇ ਨੇੜੇ ਇਹਨੂੰ ਕੀਤਾ ਹੋਇਆ, ਮਤਲਬ ਬਿਲਕੁਲ ਬਹੁਤ ਵਧੀਆ ਫੀਡਿੰਗ ਕੀਤੀ ਹੋਈ ਆ ਮਕੈਨਿਕ ਨੇ। ਅਤੇ ਆਹ ਆਪਣੇ ਪ੍ਰੈਸ਼ਰ ਹੋਰਨਾਂ ਦੇ ਬਟਨ ਆ ਜਿਹਨੂੰ ਆਪਾਂ ਪਿਆਨੋ ਕਹਿੰਦੇ ਹਾਂ ਜੀ, ਇਹਦੇ ਮਤਲਬ ਅਲੱਗ ਅਲੱਗ ਸਾਊਂਡ ਹੁੰਦੇ ਆ, ਜਿੰਨੇ ਆਪਾਂ ਬਟਨ ਦੱਬਾਂਗੇ ਉਸ ਹਿਸਾਬ ਨਾਲ ਉਨੇ ਸਾਊਂਡ ਹੁੰਦੇ ਆ ਜੀ। ਅਤੇ ਆਪਾਂ ਅੱਗੇ ਤੁਹਾਨੂੰ ਵਜਾ ਕੇ ਵੀ ਦਿਖਾਵਾਂਗੇ ਵੀ ਇਹਦੀ ਕਿੰਨੀ ਕੁ ਆਵਾਜ਼ ਆ ਅਤੇ ਕਿੰਨੇ ਕਹਿੰਦੇ ਸਾਊਂਡ ਆ ਜੀ। ਆਪਣੀ ਛੋਟੀ ਜਿਹੀ ਜਾਣਕਾਰੀ ਪ੍ਰੈਸ਼ਰ ਹੋਰਨ ਲਈ। ਬਾਕੀ ਜੇ ਤੁਹਾਨੂੰ ਕਿਸੇ ਵੀ ਗੱਲ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਥੱਲੇ ਕਮੈਂਟ ਕਰ ਸਕਦੇ ਆ, ਅਤੇ ਡਿਸਕ੍ਰਿਪਸ਼ਨ 'ਚ ਆਪਣੀ ਇੰਸਟਾਗ੍ਰਾਮ ਆਈਡੀ ਦਿੱਤੀ ਹੋਈ ਆ, ਉਹ 'ਤੇ ਤੁਸੀਂ DM ਕਰਕੇ ਕਿਸੇ ਵੀ ਗੱਲ ਦੀ ਕੋਈ ਜਾਣਕਾਰੀ ਲੈ ਸਕਦੇ ਆ ਜੀ। ਅਤੇ ਇਹ ਆਪਣੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੋਈਏ।